ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਤੇ ਦੋਸਤੋ ਜੇਕਰ ਤੁਸੀਂ 10ਵੀਂ ਤੇ 12ਵੀਂ ਜਮਾਤ ਦੇ ਓਪਨ ਸਕੀਮ ਰਾਹੀਂ ਪੇਪਰ ਦੇਣਾ ਚਾਹੁੰਦੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਲਾਭਦਾਇਕ ਹੋਵੇਗੀ ਸੋ ਸਭ ਤੋਂ ਪਹਿਲਾਂ ਅਸੀਂ ਨੋਟੀਫਿਕੇਸ਼ਨ ਨੂੰ ਪੜ੍ਹਦੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2023-24 ਲਈ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕਿਉਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਵਿੱਚ ਦਾਖਲੇ ਦੀ ਮਿਤੀ 16 ਅਗਸਤ 2023 ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਬਿਨਾ ਲੇਡ ਫੀਸ ਦਾਖਲਿਆਂ ਦੀ ਅੰਤਮ ਮਿਤੀ 23 ਅਕਤੂਬਰ 2023 ਹੈ ਮਿਤੀ 24 ਅਕਤੂਬਰ 2023 ਤੋਂ 7 ਦਸੰਬਰ 2023 ਤੱਕ 5000 ਰੁਪਏ ਪ੍ਰਤੀ ਵਿਦਿਆਰਥੀ ਲੇਡ ਫੀਸ ਨਾਲ ਦਾਖਲਾ ਲਿਆ ਜਾ ਸਕਦਾ ਹੈ ਇਹਨਾਂ ਮਿਤੀਆਂ ਤੋਂ ਬਾਅਦ ਓਪਨ ਸਕੂਲ ਦਾਖਲਾ ਮਿਤੀਆਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਜਾਵੇਗਾ ਓਪਨ ਸਕੂਲਾਂ ਦੀ ਸੂਚੀ ਬੋਰਡ ਦੀ ਵੈੱਬਸਾਈਟ www.pscb.ac.in ਤੇ ਉਪਲਬਧ ਹੈ ਬੋਰਡ ਦੇ ਖੇਤਰੀ ਦਫ਼ਤਰਾਂ ਰਹੀਂ ਜਾਂ ਵਿਦਿਆਰਥੀਆਂ ਵੱਲੋਂ ਸਿੱਧੇ ਤੌਰ ਤੇ ਵੀ ਬੋਰਡ ਦੀ ਵੈੱਬਸਾਈਟ ਤੋਂ ਆਨਲਾਈਨ ਪ੍ਰਕਿਰਿਆ ਰਾਹੀਂ ਦਾਖਲਾ ਫਾਰਮ ਭਰ ਸਕਣਗੇ ਫੀਸਾਂ ਜਮ੍ਹਾਂ ਕਰਾਉਣ ਦੀ ਵਿਧੀ ਵੀ ਆਨਲਾਈਨ ਹੋਵੇਗੀ ਪੰਜਾਬ ਓਪਨ ਸਕੂਲ ਦੇ ਮੈਟ੍ਰਿਕਿਉਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਦੇ ਵਿਦਿਆਰਥੀਆਂ ਦੁਆਰਾ ਪ੍ਰੀਖਿਆ ਫੀਸ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਵਾਧੂ ਫੀਸ ਅਦਾ ਨਹੀਂ ਕਰਨੀ ਹੋਵੇਗੀ ਦੋਸਤੋ 10ਵੀਂ ਤੇ 12ਵੀਂ ਜਮਾਤ ਦੀ ਫੀਸ ਕਿੰਨੀ ਹੋਵੇਗੀ ਇਸ ਸਬੰਧੀ ਨੋਟੀਫਿਕੇਸ਼ਨ ਪੜ੍ਹਦੇ ਹਾਂ ਸੋ ਇਹ 10ਥ ਕਲਾਸ ਦਾ ਦਾਖਲਾ ਕਾਮ ਫੀਸ ਸ਼ਡਿਊਲ ਹੈ ਦਾਖਲਾ ਫੀਸ 2300 ਰੁਪਏ ਹੈ ਪ੍ਰੀਖਿਆ ਫੀਸ ਪ੍ਰਤੀ ਵਿਦਿਆਰਥੀ 900 ਰੁਪਏ ਪਲੱਸ 100 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਵਾਧੂ ਵਿਸ਼ੇ ਦੀ ਫੀਸ 350 ਰੁਪਏ ਹੈ ਪ੍ਰਤੀ ਵਿਸ਼ਾ ਐਸੀ ਬੀਸੀ ਵਿਦਿਆੰਗ ਵਿਲੱਖਣ ਸਮਰੱਥਾ ਲੜਕੇ ਅਤੇ ਸਮੂਹ ਲੜਕੀਆਂ ਦੇ ਦਾਖਲਾ ਫੀਸ 2250 ਰੁਪਏ ਹੈ ਬੈਂਚਮਾਰਕ ਡਿਸੇਬਿਲਟੀ 40% ਜਾਂ 40% ਤੋਂ ਵੱਧ ਦਾਖਲਾ ਲੈਣ ਵਾਲੇ ਸਾਲ 31 ਮਾਰਚ ਤੱਕ 18 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਫੀਸਾਂ ਵਿੱਚ ਛੋਟ ਹੈ। ਵਾਧੂ ਵਿਸ਼ਾ ਦਾਖਲਾ ਫੀਸ ਪ੍ਰਤੀ ਵਿਸ਼ਾ 350 ਰੁਪਏ, ਨਵੀਂ ਰਜਿਸਟ੍ਰੇਸ਼ਨ ਫੀਸ 200 ਰੁਪਏ, ਰਜਿਸਟ੍ਰੇਸ਼ਨ ਜਾਰੀ ਰੱਖਣ ਲਈ ਕੰਟੀਨਿਊਸ਼ਨ ਫੀਸ 150 ਰੁਪਏ, ਦੂਜੇ ਰਾਜ ਜਾਂ ਬੋਰਡਾਂ ਤੋਂ ਆਏ ਵਿਦਿਆਰਥੀਆਂ ਲਈ 1000 ਰੁਪਏ ਐਕਸਟਰਾ ਫਾਰਮ ਜੇਕਰ ਡਾਊਨਲੋਡ ਕੀਤਾ ਹੋਵੇ ਤਾਂ ਫੀਸ 100 ਰੁਪਏ ਤੇ ਜੇਕਰ ਤੁਸੀਂ ਸਰਟੀਫਿਕੇਟ ਦੀ ਹਾਰਡ ਕਾਪੀ ਲੈਣਾ ਚਾਹੁੰਦੇ ਹੋ ਤਾਂ ਇਸ ਦਾ 100 ਰੁਪਏ ਵੱਖਰਾ ਦੇਣਾ ਪਵੇਗਾ। ਨਿਰਧਾਰਤ ਫੀਸ ਨਾਲ ਜੁਰਮਾਨਾ ਫੀਸ ਨਾਲ 16 ਅਗਸਤ 2023 ਤੋਂ 23 ਅਕਤੂਬਰ 2023 ਤੱਕ ਨਿਰਧਾਰਤ ਫੀਸ ਨਾਲ ਤੇ 24 ਅਕਤੂਬਰ 2023 ਤੋਂ 7 ਦਸੰਬਰ 2023 ਤੱਕ 5000 ਰੁਪਏ ਜੁਰਮਾਨਾ ਫੀਸ ਨਾਲ ਬੋਰਡ ਵੱਲੋਂ ਬੈਂਕ ਰਾਹੀਂ ਲਈ ਗਈ ਫੀਸ ਹੀ ਵਿਦਿਆਰਥੀ ਦੀ કુલ ਦਾਖਲਾ ਅਤੇ ਪ੍ਰੀਖਿਆ ਫੀਸ ਹੈ ਇਸ ਫੀਸ ਤੋਂ ਇਲਾਵਾ ਅਧਿਆਨ ਕੇਂਦਰ ਨੂੰ ਕੋਈ ਹੋਰ ਫੀਸ ਨਾ ਦਿੱਤੀ ਜਾਵੇ ਪ੍ਰੀਖਿਆ ਫੀਸ ਦੇ ਜੁਰਮਾਨਾ ਪ੍ਰੀਖਿਆ ਸ਼ਾਖਾ ਵੱਲੋਂ ਨਿਰਧਾਰਤ ਕੀਤੇ ਸ਼ਡਿਊਲ ਅਨੁਸਾਰ ਹੀ ਵਸੂਲ ਕੀਤੇ ਜਾਣਗੇ 100+2 ਜਮਾਤ ਦਾ ਸ਼ਡਿਊਲ ਦੇਖਦੇ ਹਾਂ ਪਲੱਸ 2 ਜਮਾਤ ਦੀ ਦਾਖਲਾ ਫੀਸ 2750 ਰੁਪਏ ਹੈ ਇਸ ਤੋਂ ਇਲਾਵਾ ਪ੍ਰੀਖਿਆ ਫੀਸ ਪ੍ਰਤੀ ਵਿਦਿਆਰਥੀ 1350 ਰੁਪਏ ਤੇ 150 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਵਾਧੂ ਵਿਸ਼ੇ ਦੀ ਪ੍ਰੀਖਿਆ ਫੀਸ 350 ਰੁਪਏ ਹੈ ਪ੍ਰਤੀ ਵਿਸ਼ਾ ਬੈਂਚਮਾਰਕ ਡਿਸੇਬਿਲਟੀ 40% ਜਾਂ ਇਸ ਤੋਂ ਵੱਧ ਇਹ ਸੇਮ ਰੂਲ ਹੈ ਵਾਧੂ ਵਿਸ਼ਾ ਦਾਖਲਾ ਫੀਸ ਪ੍ਰਤੀ ਵਿਸ਼ਾ 350 ਰੁਪਏ ਨਵੀਂ ਰਜਿਸਟ੍ਰੇਸ਼ਨ 200 ਰੁਪਏ ਰਜਿਸਟ੍ਰੇਸ਼ਨ ਜਾਰੀ ਰੱਖਣ ਲਈ ਕੰਟੀਨਿਊਸ਼ਨ ਫੀਸ 150 ਰੁਪਏ ਦੂਜੇ ਰਾਜਾਂ ਬੋਰਡਾਂ ਤੋਂ ਆਏ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਫੀਸ 1000 ਰੁਪਏ ਜੇਕਰ ਫਾਰਮ ਡਾਊਨਲੋਡ ਕੀਤਾ ਹੋਵੇ ਤਾਂ ਫੀਸ 100 ਰੁਪਏ ਤੇ ਜੇਕਰ ਤੁਸੀਂ ਸਰਟੀਫਿਕੇਟ ਦੀ ਹਾਰਡ ਕਾਪੀ ਲੈਣਾ ਚਾਹੁੰਦੇ ਹੋ ਤਾਂ 100 ਰੁਪਏ ਅੰਦਰਾਧਾਰਤ ਫੀਸ ਨਾਲ ਜੁਰਮਾਨਾ ਫੀਸ ਨਾਲ ਇਹ ਰੂਲ ਸੇਮ ਹਨ 10ਵੀਂ ਤੇ 12ਵੀਂ ਜਮਾਤ ਦੀ ਓਪਨ ਪ੍ਰਣਾਲੀ ਸੰਬੰਧੀ ਜੇਕਰ ਤੁਸੀਂ ਕੋਈ ਵੀ ਪੁੱਛਗਿੱਛ ਕਰਨਾ ਚਾਹੁੰਦੇ ਹੋ ਤਾਂ ਇਹ ਕੰਟੈਕਟ ਨੰਬਰ ਦਿੱਤੇ ਗਏ ਹਨ ਤੇ ਇਹਨਾਂ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਜੇਕਰ ਫਾਰਮ ਭਰਦੇ ਸਮੇਂ ਕੋਈ ਵੀ ਟੈਕਨੀਕਲ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਦੋਸਤੋ 10ਵੀਂ ਤੇ 12ਵੀਂ ਜਮਾਤ ਦੇ ਓਪਨ ਪ੍ਰਣਾਲੀ ਦੇ ਅਸੀਂ ਫਾਰਮ ਆਨਲਾਈਨ ਕਿਵੇਂ ਫਿਲ ਕਰ ਸਕਦੇ ਹਾਂ ਸੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆਫੀਸ਼ਲ ਵੈਬਸਾਈਟ ਨੂੰ ਓਪਨ ਕਰੋ pscb.ac.in ਓਪਨ ਸਕੂਲ ਐਡਮਿਸ਼ਨ ਅਸੀਂ ਇਸ অপਸ਼ਨ ਤੇ ਕਲਿੱਕ ਕਰ ਸਕਦੇ ਹਾਂ ਇੱਥੇ 10ਵੀਂ ਤੇ 12ਵੀਂ ਜਮਾਤ ਦੀ ਫੀਸ ਸ਼ੈਡਿਊਲ ਦਿੱਤੇ ਗਏ ਹਨ ਸੈਸ਼ਨ 2023-24 ਲਈ ਇਹ ਪ੍ਰੈਸ ਨੋਟ ਹੈ ਇੱਥੋਂ ਅਸੀਂ 10ਵੀਂ ਤੇ 12ਵੀਂ ਜਮਾਤ ਦੀ ਰਜਿਸਟ੍ਰੇਸ਼ਨ ਕਰ ਸਕਦੇ ਹਾਂ ਤੇ ਜੇਕਰ ਤੁਸੀਂ 10ਵੀਂ ਤੇ 12ਵੀਂ ਜਮਾਤ ਦਾ ਪ੍ਰੋਸਪੈਕਟਸ ਦੇਖਣਾ ਹੈ ਤਾਂ ਤੁਸੀਂ ਇਸ ਲਿੰਕ ਤੇ ਕਲਿੱਕ ਕਰ ਸਕਦੇ ਹੋ ਸੋ ਓਪਨ ਪ੍ਰਣਾਲੀ ਸੰਬੰਧੀ ਇੱਥੋਂ ਸਾਰੀਆਂ ਇਨਸਟਰਕਸ਼ਨ ਨੂੰ ਧਿਆਨ ਨਾਲ ਪੜ੍ਹ ਲਵੋ ਤੇ ਜੇਕਰ ਤੁਸੀਂ 10ਵੀਂ ਜਾਂ 12ਵੀਂ ਜਮਾਤ ਦੀ ਰਜਿਸਟ੍ਰੇਸ਼ਨ ਕਰਨਾ ਚਾਹੁੰਦੇ ਹੋ ਮੈਟ੍ਰਿਕ ਓਪਨ ਸਕੂਲ ਰਜਿਸਟ੍ਰੇਸ਼ਨ ਇਸ ਆਪਸ਼ਨ ਤੇ ਕਲਿੱਕ ਕਰੋ ਇੱਥੋਂ ਸਾਰੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਲਵੋ ਤੇ ਸਬਮਿਟ ਆਪਸ਼ਨ ਤੇ ਕਲਿੱਕ ਕਰੋ ਦੋਸਤੋ 10ਵੀਂ ਜਮਾਤ ਦੀ ਰਜਿਸਟ੍ਰੇਸ਼ਨ ਕਰਨ ਲਈ ਅਸੀਂ 8ਵੀਂ ਪਾਸ ਹਾਂ ਜਾਂ 9ਵੀਂ ਫੇਲ ਹਾਂ ਜਾਂ 9ਵੀਂ ਪਾਸ ਹਾਂ ਜਾਂ 10ਵੀਂ ਓਪਨ ਸਕੂਲ ਰਹੀ ਫੇਲ ਹਾਂ ਜਾਂ 10ਵੀਂ ਕਲਾਸ ਵਿੱਚੋਂ ਅਸੀਂ ਰੈਗੂਲਰ ਪੇਪਰ ਦਿੱਤੇ ਤੇ ਅਸੀਂ ਫੇਲ ਹੋ ਗਏ ਸੋ ਇਹਨਾਂ ਵਿੱਚੋਂ ਆਪਣੇ ਨਾਲ ਸੰਬੰਧਿਤ ਆਪਸ਼ਨ ਨੂੰ ਸਿਲੈਕਟ ਕਰੋ ਇੱਥੇ ਆਪਣਾ ਨਾਮ ਐਂਟਰ ਕਰੋ ਈਮੇਲ ਆਈਡੀ ਐਂਟਰ ਕਰੋ ਮੋਬਾਈਲ ਨੰਬਰ ਐਂਟਰ ਕਰੋ ਡੇਟ ਆਫ ਬਰਥ ਆਧਾਰ ਕਾਰਡ ਦਾ ਨੰਬਰ ਐਂਟਰ ਕਰੋ ਆਪਣਾ ਪੂਰਾ ਐਡਰੈਸ ਲਿਖੋ ਡਿਸਟ੍ਰਿਕਟ ਸਿਲੈਕਟ ਕਰੋ ਤਹਿਸੀਲ ਸਿਲੈਕਟ ਕਰੋ ਪਿਨ ਕੋਡ ਐਂਟਰ ਕਰੋ ਇੱਥੇ ਆਪਣਾ ਪਾਸਵਰਡ ਐਂਟਰ ਕਰੋ ਜੋ ਵੀ ਤੁਸੀਂ ਆਪਣਾ ਪਾਸਵਰਡ ਰੱਖਣਾ ਚਾਹੁੰਦੇ ਹੋ ਪਾਸਵਰਡ ਨੂੰ ਕਨਫਰਮ ਕਰੋ ਕੈਪਚਾ ਕੋਡ ਐਂਟਰ ਕਰੋ ਇਹਨਾਂ ਨੂੰ ਸੇਮ ਇੱਥੇ ਟਾਈਪ ਕਰ ਦੇਵੋ ਸਬਮਿਟ অপਸ਼ਨ ਤੇ ਕਲਿੱਕ ਕਰੋ ਇੱਥੋਂ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇਗੀ ਤੇ ਰਜਿਸਟ੍ਰੇਸ਼ਨ ਕਰਨ ਉਪਰੰਤ ਤੁਸੀਂ ਆਪਣਾ ਫਾਰਮ ਫਿਲ ਕਰੋਗੇ ਕਿਉਂਕਿ ਮੇਰੇ ਕੋਲ ਕੋਈ ਡਾਟਾ ਅਵੇਲੇਬਲ ਨਹੀਂ ਹੈ ਇਸ ਕਰਕੇ ਫਾਰਮ ਫਿਲ ਕਰਕੇ ਤੁਹਾਨੂੰ ਮੈਂ ਨਹੀਂ ਦੱਸ ਸਕਦਾ ਦੋਸਤੋ ਫਾਰਮ ਫਿਲ ਕਰਦੇ ਸਮੇਂ ਜੋ ਵੀ ਤੁਹਾਡੀ ਲਾਸਟ ਕਲਾਸ ਸੀ ਉਸ ਦੀ ਡਿਟੇਲ ਫਿਲ ਹੋਵੇਗੀ ਤੇ ਜੇਕਰ ਤੁਹਾਡੀ ਫੋਟੋ ਜਾਂ ਸਿਗਨੇਚਰ ਅਪਲੋਡ ਹੁੰਦੇ ਹਨ ਤੇ ਫੋਟੋ ਜਾਂ ਸਿਗਨੇਚਰ ਦਾ ਸਾਈਜ਼ ਕਿਵੇਂ ਸੈੱਟ ਕਰਨਾ ਹੈ ਇਸ ਸਬੰਧੀ ਵੀਡੀਓ ਤੁਸੀਂ ਉੱਪਰ i ਬਟਨ ਤੋਂ ਦੇਖ ਸਕਦੇ ਹੋ ਜਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਵੀਡੀਓ ਦਾ ਲਿੰਕ ਪਾ ਦਵਾਂਗਾ ਦੋਸਤੋ ਜੇਕਰ ਵੀਡੀਓ ਵਿੱਚਲੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਕੀਪ ਲਰਨਿੰਗ ਲਰਨ ਮੋਰ ਥੈਂਕ ਯੂ